ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੋਬ ਅਲਰਟ ਤੇ ਅਗਲਾ ਟੌਪਿਕ ਲੈ ਕੇ ਆਏ ਹਾਂ ਜੀ ਹਿਸਟਰੀ ਆਫ ਪੰਜਾਬ ਪੰਜਵੇਂ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਜੀਵਨ ਅਤੇ ਇਹਨਾਂ ਦੁਆਰਾ ਕੀਤੇ ਗਏ ਮਹੱਤਵਪੂਰਨ ਕੰਮਾਂ ਬਾਰੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਤੋਂ ਪਹਿਲਾਂ ਵਾਲੇ ਭਾਗ ਹਿਸਟਰੀ ਆਫ ਪੰਜਾਬ ਦੇ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੇ ਅਖੀਰ ਦੇ ਵਿੱਚ ਉੱਪਰ ਤੁਹਾਨੂੰ ਆਈ ਬਟਨ ਸ਼ੋ ਹੋਵੇਗਾ ਜਿਸ ਤੇ ਕਲਿੱਕ ਕਰਕੇ ਤੁਸੀਂ ਡਾਇਰੈਕਟ ਸਾਰੇ ਭਾਗ ਦੇਖ ਸਕਦੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਨਵੇਂ-ਨਵੇਂ ਟੌਪਿਕ ਤੇ ਤੁਹਾਨੂੰ ਵੀਡੀਆ ਜਿਹੜੀਆਂ ਉਹ ਮਿਲਦੀਆਂ ਰਹਿਣ ਸੋ ਸਟਾਰਟ ਕਰਦੇ ਹਾਂ ਜੀ ਤਾਂ ਪੰਜਵੇਂ ਗੁਰੂ ਅਰਜਨ ਦੇਵ ਜੀ ਇਹਨਾਂ ਦਾ ਜਨਮ ਸੀ ਜਿਹੜਾ 15 April 1563 ਈਸਵੀ ਨੂੰ ਹੋਇਆ ਸੀਗਾ ਇਹਨਾਂ ਦੇ ਪਿਤਾ ਦਾ ਨਾਮ ਰਾਮਦਾਸ ਜੀ ਸੀਗਾ ਅਤੇ ਮਾਤਾ ਦਾ ਨਾਮ ਬੀਬੀ ਭਾਨੀ ਜੀ ਇਹਨਾਂ ਦੀ ਪਤਨੀ ਦਾ ਨਾਮ ਗੰਗਾ ਦੇਵੀ ਸੀ ਅਤੇ ਬੱਚਿਆਂ ਦਾ ਨਾਮ ਹਰ ਗੋਵਿੰਦ ਰਾਏ ਜੀ ਸੀਗਾ ਗੁਰਗੱਦੀ ਦੀ ਪ੍ਰਾਪਤੀ ਇਹਨਾਂ ਨੂੰ 28 ਅਗਸਤ ਜਾਂ 1 ਸਤੰਬਰ ਦੋ ਡੇਟਾਂ ਚੱਲਦੀਆਂ ਨੇ ਇਹ 1851 ਦੇ ਵਿੱਚ ਜਦੋਂ ਕਿ ਇਹਨਾਂ ਦੀ ਉਮਰ 18 ਸਾਲ ਦੀ ਸੀ ਗੁਰਗੱਦੀ ਦੀ ਇਹਨਾਂ ਦੀ ਪ੍ਰਾਪਤੀ ਹੋਈ ਸੀ ਗੁਰੂ ਘਰ ਇਹਨਾਂ ਦਾ 25 ਸਾਲ ਦਾ ਸੀਗਾ ਅੱਗੇ ਕੰਮ ਜੋ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੇ ਗਏ ਸੀਗੇ ਇਨਾਂ ਦੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ 1588 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਨੀ ਰੱਖਣਾ 3 ਜਨਵਰੀ 1588 ਨੂੰ ਮੀਆਂ ਮੀਰ ਪਾਸੋਂ ਹਰਮੰਦਰ ਸਾਹਿਬ ਦੀ ਨੀ ਰਖਵਾਈ ਸੀ ਇਹ ਕੁਐਸਚਨ ਹੈ ਜਿਹੜਾ ਪੰਜਾਬ ਟੈਕਟ ਦੇ ਵਿੱਚ ਵੀ ਪੁੱਛਿਆ ਗਿਆ ਸੀਗਾ ਦੂਸਰੇ ਨੰਬਰ ਤੇ ਆਦ ਗ੍ਰੰਥ ਦਾ ਸਕਲਨ ਕਰਨਾ ਤੀਸਰੇ ਨੰਬਰ ਤੇ ਭਾਈ ਗੁਰਦਾਸ ਜੀ ਪਾਸੋਂ ਬਾਣੀ ਲਿਖਵਾਉਣ ਦਾ ਕੰਮ ਕਰਵਾਇਆ ਸੀ ਜੋ 1604 ਦੇ ਵਿੱਚ ਪੂਰਾ ਹੋਇਆ ਸੀ ਚੌਥਾ ਨੰਬਰ 1590 ਦੇ ਵਿੱਚ ਤਰਨਤਾਰਨ ਵਿੱਚ ਸਰੋਵਰ ਦੀ ਖਦਵਾਈ ਕਰਵਾਈ ਸੀ 5.1593 ਦੇ ਵਿੱਚ ਜਲੰਧਰ ਦੇ ਨੇੜੇ ਕਰਤਾਰਪੁਰ ਸ਼ਹੀਦ ਦੀ ਨੀਂ ਰੱਖੀ ਜਿਹਨੂੰ ਰੱਬ ਦਾ ਘਰ ਵੀ ਕਿਹਾ ਜਾਂਦਾ ਹੈ ਕਰਤਾਰਪੁਰ ਸ਼ਹਿਰ ਨੂੰ 6ਵਾਂ ਪੁਆਇੰਟ ਸੀਗਾ ਚਹਿਰਟਾ ਜੋ ਅੰਮ੍ਰਿਤਸਰ ਦੇ ਨੇੜੇ ਹੈ ਨਾਮਕ ਸਥਾਨ ਤੇ ਸਰੋਵਰ ਦੀ ਖਦਵਾਈ ਕਰਵਾਈ ਸੀ ਜਿਸ ਵਿੱਚ ਇੱਕ ਖੂਹ ਅਤੇ 6 ਹਰਟ ਸੀਗੇ 7ਵਾਂ ਪੁਆਇੰਟ ਹੈ ਲਾਹੌਰ ਵਿੱਚ ਬੌਲੀ ਦਾ ਨਿਰਮਾਣ ਕਰਵਾਇਆ ਸੀਗਾ 8ਵਾਂ ਪੁਆਇੰਟ ਹੈ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕਰਵਾਈ ਅਤੇ ਆਪਣੇ ਬੇਟੇ ਦੇ ਨਾਮ ਤੇ ਇਹਦਾ ਨਾਮ ਰੱਖਿਆ ਸੀ ਜੋ ਵਿਆਸ ਨਦੀ ਦੇ ਕੰਢੇ ਤੇ ਸੀਗਾ 9ਵਾਂ ਪੁਆਇੰਟ ਹੈ 1601 ਵਿੱਚ ਹਰਮੰਦਰ ਸਾਹਿਬ ਦਾ ਕੰਮ ਸੀ ਜਿਹੜਾ ਪੂਰਾ ਹੋਇਆ ਸੀ 1604 ਵਿੱਚ ਇੱਥੇ ਆਦ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਸੀ ਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ ਸਨ ਸੋ ਇਸ ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਪਹਿਲੇ ਗ੍ਰੰਥੀ ਦਾ ਨਾਮ ਦੱਸੋ ਤਾਂ ਬਾਬਾ ਬੁੱਢਾ ਜੀ ਦਸਵੰਦ ਪ੍ਰਥਾ ਨੂੰ ਮਜ਼ਬੂਤ ਕੀਤਾ ਸੀ ਤਾਂ 12ਵੇਂ ਪੁਆਇੰਟ ਹੈ ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਸੀ ਦੋਤਾ ਬਾਣੀ ਕਾ ਬੋਤਾ ਜੋਗੇ ਸੱਚੇ ਸਨ ਸਮਕਾਲੀ ਰਾਜਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਹਾਂਗੀਰ ਸੀਗਾ ਤਾਂ ਹੁਣ ਅਸੀਂ ਇਸ ਵਾਰ ਗੱਲ ਕਰਾਂਗੇ ਉਹ ਸਮੱਸਿਆਵਾਂ ਪਰਚਾਲਤ ਸਨ ਜਿਨ੍ਹਾਂ ਦਾ ਗੁਰੂ ਅਰਜਨ ਦੇਵ ਜੀ ਨੇ ਸਾਹਮਣਾ ਕੀਤਾ ਸੀ ਇਹਦੇ ਵਿੱਚ ਸਹੀਦੀ ਦਾ ਮੁੱਖ ਕਾਰਨ ਵੀ ਆਏਗਾ ਪਹਿਲਾ ਸੀਗਾ ਪ੍ਰਿਥਵੀ ਦਾ ਵਿਰੋਧ ਦੂਸਰਾ ਚੰਦੂ ਸਾਹਾ ਦਾ ਵਿਰੋਧ ਚੰਦੂ ਸਾਹਿਬ ਜਿਹੜਾ ਮੋਗਲ ਦਰਬਾਰ ਦਾ ਦੀਵਾਨ ਸੀਗਾ ਹਿੰਦੂ ਜਾਤੀ ਦਾ ਵਿਰੋਧ ਜਹਾਂਗੀਰ ਦੀ ਧਰਮ ਪ੍ਰਤੀ ਕਟੜਤਾ ਇਹ ਵੀ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਦਾ ਮੁੱਖ ਕਾਰਨ ਬਣੀ ਸੀ ਨਕਸ਼ਬੰਦੀਆਂ ਦਾ ਵਿਰੋਧ ਸਿੱਖ ਧਰਮ ਦੀ ਵਾਧਦੀ ਲੋਕਪ੍ਰਿਯਤਾ ਇਹ ਵੀ ਇੱਕ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਦਾ ਕਾਰਨ ਬਣਿਆ ਸੀ ਜਹਾਂਗੀਰ ਇਹ ਸਹਿਣ ਨਹੀਂ ਕਰ ਸਕਦਾ ਸੀਗਾ ਕਿਉਂਕਿ ਉਹ ਆਪਣੇ ਧਰਮ ਪ੍ਰਤੀ ਕੱਟੜ ਸੀ ਅਤੇ ਆਪਣੇ ਧਰਮ ਨੂੰ ਹੀ ਜਿਹੜਾ ਪਰਫੁੱਲੋਤ ਕਰਨਾ ਚਾਹੁੰਦਾ ਸੀ ਇਸ ਤੋਂ ਇਲਾਵਾ ਆਦ ਗ੍ਰੰਥ ਦਾ ਸਕਲਨ 1604 ਦੇ ਵਿੱਚ ਹੋ ਗਿਆ ਸੀਗਾ ਤਾਂ ਇਹ ਵੀ ਗੱਲ ਸੀ ਜਿਹੜੀ ਜਹਾਂਗੀਰ ਨੂੰ ਹজম ਨਹੀਂ ਆਈ ਸੀ ਕਿ ਹੋਰ ਕਿਸੇ ਧਰਮ ਨੂੰ ਉਹ ਪਰਫੁੱਲਤ ਨਹੀਂ ਦੇਖਣਾ ਚਾਹੁੰਦਾ ਸੀ ਤਤਕਾਲੀ ਕਾਰਨ ਗੁਰੂ ਅਰਜਨ ਦੇਵ ਜੀ ਦੀ ਸੀ ਦੇ ਸੀ ਜਿਹੜੇ ਉਹ ਖੋਸਰੋ ਦੀ ਸਹਾਇਤਾ ਕਰਨਾ ਸੀ ਜਿਹਨੂੰ ਖੋਤੀ ਸਹਾਇਤਾ ਵੀ ਕਿਹਾ ਜਾਂਦਾ ਹੈ ਇਸ ਲਈ 2 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਸੀ ਗੁਰੂ ਜੀ ਨੂੰ ਪਰ ਗੁਰੂ ਸਾਹਿਬ ਨੇ ਇਹ ਜੁਰਮਾਨਾ ਦੇਣ ਤੋਂ ਮਨਾਂ ਕਰ ਦਿੱਤਾ ਗਿਆ ਸੀ ਇਸ ਲਈ ਗੁਰੂ ਸਾਹਿਬਾਨ ਨੂੰ ਜਿਹੜਾ 5 ਦਿਨਾਂ ਤਸਹੀਹ ਦਿੱਤੇ ਗਏ ਸੀਗੇ ਜਿਸ ਦੌਰਾਨ ਹੈ ਜੋ ਈਮਈ 1606 ਈਸਵੀ ਦੇ ਵਿੱਚ ਜੋਤੀ ਜੋਤ ਸਮਾਗਿਆ ਸੀ ਲਾਹੌਰ ਵਿੱਚ ਰਾਵੀ ਨਦੀ ਦੇ ਕੰਢੇ ਤੇ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਹੈ ਗੁਰੂ ਜੀ ਦੀ ਸਿੱਧੀ ਕਾਰਨ ਗੁਰੂ ਜੀ ਨੂੰ ਸਹੀਦੇ ਆਜਮ ਕਿਹਾ ਜਾਂਦਾ ਹੈ ਤਾਂ ਇਸ ਤੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਸਹੀਦੇ ਆਜਮ ਕਿਸ ਗੁਰੂ ਸਾਹਿਬਾਨ ਨੂੰ ਕਿਹਾ ਜਾਂਦਾ ਹੈ ਤਾਂ ਉਹ ਹੈ ਜੀ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਤੀਰਾਂਗਾਂ ਵਿੱਚ ਰਚੀ ਸੀ ਇਹਨਾਂ ਨੇ 12 ਮਾ ਸੁਖਮਨੀ ਅਤੇ 52 ਅਖਰੀ ਇਸ ਤੋਂ ਲਾਵਾ ਗੁਰੂ ਅਰਜਨ ਦੇਵ ਜੀ ਜਿਹੜੇ ਉਹ ਘੋੜਿਆਂ ਦਾ ਵਪਾਰ ਕਰਦੇ ਸੀ ਇਹ ਘੋੜੇ ਸੀ ਜਿਹੜੇ ਉਹ ਅਰਬ ਤੋਂ ਮਗਵਾਉਂਦੇ ਸੀ ਇਸ ਤੋਂ ਲਾਵਾ ਗੁਰੂ ਅਰਜਨ ਦੇਵ ਜੀ ਨੇ ਸਮਾਜਿਕ ਸੁਧਾਰਾ ਨੂੰ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਸੀਗਾ ਗੁਰੂ ਅਮਰਦਾਸ ਜੀ ਦੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੇ ਸਮਾਜਿਕ ਸੁਧਾਰ ਵੱਲ ਵਿਸ਼ੇਸ਼ਤਾਂ ਦਿੱਤਾ ਸੀ ਇਸ ਲਈ ਉਹਨਾਂ ਨੇ ਆਪਣੇ ਊਰਵਧਕਾਰੀਆਂ ਵਾਂਗ ਉਹਨਾਂ ਨੇ ਵੀ ਸੰਗਤ ਅਤੇ ਲੰਗਰ ਦੀਆਂ ਸੰਸਥਾਵਾਂ ਨੂੰ ਵੇ 100 ਰੁਪਏ ਚ ਜਾਰੀ ਰੱਖਿਆ ਸੀ ਇਸ ਪ੍ਰਕਾਰ ਉਹਨਾਂ ਨੇ ਸਿੱਖਾਂ ਵਿੱਚ ਜਾਤ ਪਾਤ ਦੇ ਭੇਦਭਾਵ ਦੇ ਛੂਹਛਾਤ ਨੂੰ ਸਮਾਪਤ ਕਰਨ ਦੇ ਯਤਨ ਕੀਤੇ ਸੀ ਅਤੇ ਸਿੱਖਾਂ ਨੂੰ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਨ ਦੀ ਸਖਤ ਮਨਾਹੀ ਦਿੱਤੀ ਸੀ ਇਸ ਤਰ੍ਹਾਂ ਉਹਨਾਂ ਨੇ ਵਿਧਵਾ ਪੁਨਰ ਵਿਆਹ ਲਈ ਵੀ ਪ੍ਰੇਰਨਾ ਦਿੱਤੀ ਸੀ ਗੁਰੂ ਸਾਹਿਬ ਨੇ ਨਿਰਦਾਨ ਲੋਕਾਂ ਅਤੇ ਰੋਗੀਆਂ ਦੀ ਬਹੁਤ ਸਹਾਇਤਾ ਕੀਤੀ ਉਹਨਾਂ ਨੇ ਤਰਨਤਾਰਨ ਦੇ ਵਿੱਚ ਕੋੜੀਆਂ ਲਈ ਇੱਕ ਵੱਖਰੀ ਵਸਤੀ ਦੀ ਸਥਾਪਨਾ ਕੀਤੀ ਜਿਸ ਦੌਰਾਨ ਆਏ ਜੋ ਉਹਨਾਂ ਨੂੰ ਮੁਫਤ ਭੋਜਨ ਕੱਪੜੇ ਤੇ ਦਵਾਈਆਂ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਤੋਂ ਇਲਾਵਾ ਸਿੱਖ ਧਰਮ ਦਾ ਪੂਰਵਕ ਪ੍ਰਚਾਰ ਕੀਤਾ ਸੀਗਾ ਗੁਰੂ ਅਰਜਨ ਦੇਵ ਜੀ ਨੇ ਜਿਸ ਦੌਰਾਨ ਆਏ ਜੋ ਉਹਨਾਂ ਦਾ ਵੱਡਾ ਭਰਾ ਪ੍ਰਥੀਆ ਬਹੁਤ ਤੰਗ ਕਰਦਾ ਸੀ ਸੋ ਬਹੁਤ ਸਾਰਾ ਯੋਗਦਾਨ ਸੀ ਸਿੱਖ ਧਰਮ ਦੇ ਵਿਕਾਸ ਬਾਰੇ ਸੋ ਜੋ ਵੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਤ ਜਾਣਕਾਰੀ ਸੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਮਾਸਟਰ ਕੈਡਰ ਈਟੀਟੀ ਦੋਨੋਂ ਐਗਜ਼ਾਮ ਲਈ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਇਸ ਤੋਂ ਪਹਿਲਾਂ ਵਾਲੇ ਭਾਗ ਤੁਹਾਨੂੰ ਉੱਪਰਾਈ ਬਟਨ ਦੇ ਵਿੱਚ ਲਿੰਕ ਦਿੱਤਾ ਅਸੀਂ ਸ਼ੋ ਹੋ ਗਿਆ ਹੋਵੇਗਾ ਉਸ ਤੇ ਜਾ ਕੇ ਤੁਸੀਂ ਸਾਰੇ ਭਾਗ ਹੈ ਜੋ ਰੀਡ ਕਰ ਸਕਦੇ ਹੋ ਬਾਕੀ ਕੰਟੀਨਿਊ ਗੁਰੂ ਸਾਹਿਬਾਨ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਗੁਰੂ ਹਰਗੋਬਿੰਦ ਜੀ رائے ਬਾਰੇ ਇਸ ਟੌਪ ਤੇ ਵੀਡੀਓ ਹੋ ਜਾਏਗੀ ਇਸ ਤੋਂ ਇਲਾਵਾ ਇਹਨਾਂ ਦੇ ਪ੍ਰਮੁੱਖ ਘਟਨਾਵਾਂ ਗੁਰੂ ਹਰਿ ਰਾਏ ਜੀ ਗੁਰੂ ਹਰਿ ਕ੍ਰਿਸ਼ਨ ਜੀ ਇਹ ਦੇ ਨਾਲ ਸਬੰਧਤ ਜਾਣਕਾਰੀ ਹੈ ਗੁਰੂ ਤੇਗ ਬਹਾਦਰ ਜੀ ਦੇ ਨਵੇਂ ਨਵੇਂ ਟੋਪਿਕਾਂ ਤੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਪ੍ਰੋਵਾਈਡ ਕਰ ਦਾਂਗੇ ਕੰਟੀਨਿਊ ਸੋ ਈਟਟੀਡੀ ਦਾ एग्जाम ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਕਾਫੀ ਸਾਰੇ ਕਮੈਂਟ ਵੀ ਆ ਰਹੇ ਆ ਕਿ ਜੀ ਦੀ ਡੇਟ ਐਕਸਟੈਂਡ ਹੋਏਗੀ ਜਾਂ ਨਹੀਂ ਤਾਂ ਜ਼ਿਆਦਾਤਰ ਚਾਂਸ ਐਕਸਟੈਂਡ ਹੋਣ ਦੇ ਨਹੀਂ ਕਿਉਂਕਿ ਅਜੇ ਤੱਕ ਦੁਬਾਰਾ ਫਿਰ ਤੋਂ ਹੈ ਜੋ ਉਹਨਾਂ ਨੇ ਪੋਰਟਲ ਖੋਲ੍ਹਿਆ ਹੈ ਵੀ ਜੋ ਵੀ ਅਪਲਾਈ ਕਰਨ ਕਰਨੀ ਰਹਿੰਦੇ ਨੇ ਜਾਂ ਕੋਈ ਕਰੈਕਸ਼ਨ ਕਰਨੀ ਹੈ ਇਸੋਸਾਬ ਨਾਲ ਲੱਗਦਾ ਹੈ ਕਿ ਡੇਟਾ ਜਿਹੜੀ ਉਹ ਅੱਗੇ ਐਕਸਟੈਂਡ ਜ਼ਰੂਰ ਹੋਏਗੀ ਸੋ ਅਗਰ ਕੋਈ ਜਿੱਦਾਂ ਦੇ ਵੀ ਅਪਡੇਟ ਆਏਗੇ ਸੀ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਰਹਿਨੇ ਆ ਸੋ ਵੀਡੀਓ ਚੰਗੀ ਲੱਗੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ